चलते हैं तो वेखो इन्हें ਵੇਖਰ ਮੈਨੂੰ ਕੁਛ ਐਵੇਂ ਟਕਾਤਾ ਥੋੜਾ ਸਾ ਤਾਂ ਬੜੀ ਖੋਰ ਨੇ ਬਲੋਕ ਚੜ ਤੂੰ ਸਾ ਗੇਮ ਦਾ ਸਿਰ ਵਧੀਆ ਹੋ ਗਈ ਬਾਬਿਓ ਮੈਂ ਵੇਖ ਯਾਰ 3 ਵਜ ਗਏ ਨੇ ਤੇ ਮੈਂ ਸਕੂਲੋਂ ਆ ਗਿਆ ਤੇ ਯਾਰ ਹੁਣ ਬਹੁਤ ਵੇਖੋ ਯਾਰ ਅੱਜ ਤਾਂ ਗਿਆ ਮੁੰਦੀ ਫਿਰ ਪੁਸ਼ ਪਾਉਣ ਮੋਟਰਸਾਈਕਲ ਦੀ ਤੇ ਯਾਰ ਹੁਣ ਨਾ ਜਿਵੇਂ ਤੁਹਾਨੂੰ ਪਤਾ ਸੀ ਪਿਛਲੇ ਵੀਡੀਓ 'ਚ ਯਾਰ ਆਪਾਂ ਨੇ ਯਾਰ ਸਰੂਸਾ ਲਾਦਾ ਸੀਗਾ ਠੀਕ ਹੈ ਸੋ ਹੁਣ ਆਪਾਂ ਨੇ ਯਾਰ ਐਤਕੀ ਹੁਣ ਬਲਬ ਲਾ ਦੇਣੇ ਆ ਠੀਕ ਹੈ ਸੋ ਇੱਕ ਵਾਰੀ ਬਲਬ ਲਾ ਕੇ ਨਾ ਆਪਾਂ ਤਰਸਾ ਕਰਕੇ ਵੇਖ ਲੈਂਦੇ ਹਾਂ ਬਲਬ ਸਹੀ ਜਗ੍ਹਾ 'ਤੇ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਫਿਰ ਬੈਲਾ ਵੀ ਹੁਣ ਵਧੀਆ ਪੂਰੀ ਅਤੇ ਆਹ ਬਲਬ ਰਿਹਾ ਬਲਬ ਤਾਂ ਖਰਾਬ ਹੋ ਗਿਆ ਮੈਂ ਨਾ ਇਹਨੂੰ ਭੜਕਾਈ ਫਿਰਦਾ ਸੀਗਾ ਅਤੇ ਅੰਦਰ ਵਾਲੀ ਵੇਖੋ ਯਾਰ ਟੁੱਟ ਹੀ ਗਈ ਆ ਬਲਬ ਜਗਦਾ ਹੀ ਨਹੀਂ ਹੁਣ ਠੀਕ ਹੈ ਅਤੇ ਇਹ ਵੇਖੋ ਬਲਬ ਜਗਦਾ ਹੀ ਨਹੀਂ ਖਰਾਬ ਹੋ ਗਿਆ ਅੰਦਰੋਂ ਮਤਲਬ ਇਹਦੀ ਨਾ ਰੱਸੀ ਜੋ ਆਹ ਹਿੱਲੀ ਨਹੀਂ ਜਾਂਦੀ ਆਹ ਖਰਾਬ ਹੋ ਗਈ ਆ ਪਰ ਜਾਂ ਹੋਲਡਰ ਆ ਰਿਹਾ ਠੀਕ ਹੈ ਪਹਿਲਾਂ ਮੈਨੂੰ ਬਲਬ ਕੱਢਣਾ ਪੈਣਾ ਹੋਲਡਰ ਤੋਂ ਅਤੇ ਹੋਲਡਰ ਨਾਲ ਮੈਨੂੰ ਆਹ ਚੰਗੀ ਤਰ੍ਹਾਂ ਚੇਪੀ ਨਾਲ ਇਹਨੂੰ ਚਿਪਕਾਉਣਾ ਪੈਣਾ ਇਹਦੇ ਨਾਲ ਸੋ ਫਿਰ ਮੈਂ ਉੱਤੇ ਜਾ ਕੇ ਅੰਦਰ ਲਾਉਣਾ ਮੈਂ ਹੋਲਡਰ ਤਾਂ ਲਾਤਾ ਮੈਂ ਸੋਚ ਲੈਣਾ ਇੱਕ ਵਾਰੀ ਬਲਬ ਲਾ ਹੀ ਦੇਣਾ ਜ਼ਰੂਰ ਭਾਵੇਂ ਬਲਬ ਖਰਾਬ ਆਣਾ ਪਰ ਇੱਕ ਵਾਰੀ ਲਾ ਕੇ ਵੇਖ ਲੈਣਾ ਬਲਬ ਮੈਂ ਠੀਕ ਹੈ ਕਿ ਬਲਬ ਬੁਲਬ ਇੱਥੋਂ ਡਿੱਗਦਾ ਵੀ ਆ ਜਾਂ ਮਤਲਬ ਨਾ ਫੁੱਲ ਮਤਲਬ ਸੈੱਟ ਰਵੇ ਗਾਇਸਟ ਵੇਖੋ ਯਾਰ ਬਲਬ ਵੀ ਲਾਤਾ ਠੀਕ ਹੈ ਫਿਰ ਉੱਤੇ ਜਾ ਕੇ ਹੁਣ ਰੱਸਾ ਖਿੱਚ ਦੇਣਾ ਸਹੀ ਤਰ੍ਹਾਂ ਰੱਸਾ ਲਾ ਦੇਣਾ ਚਲੋ ਯਾਰ ਚੱਲਦਾ ਉੱਤੇ ਤੇ ਰੱਸਾ ਖਿੱਚ ਦੇਣਾ ਚਲੋ रस्सा खिंचना हो रहा बल्ब चलो ਬਲਬ ਯਾਰ ਉਹ ਡਿੱਗ ਪਿਛੂ ਮੇਰੇ ਚਲੋ ਆਡੀ ਗਈ ਸੀ ਵਿੱਚ ਹੀ ਅੜ ਗਈ ਸੀ ਹਾਂ ਹਾਂ ਇਹਨੂੰ ਹੋਰ ਚਾ ਕਰਦਾ ਆ ਜਾ ਆ ਜਾ ਆ ਜਾ ਆ ਜਾ ਵੇਖਾਈ ਯਾਰ ਇੰਨਾ ਉੱਚਾ ਹੋਊਗਾ ਹੋਰ ਵੀ ਹੋਊਗਾ ਠੀਕ ਹੈ ਸੋ ਥੱਲੋਂ ਮਤਲਬ ਬੋਰਡ ਉੱਤੇ ਡਿੱਗਣ ਦਾ ਤਾਂ ਖਤਰਾ ਹੈ ਨਹੀਂਗਾ ਵੀਰ ਤਾਂ ਵੀ ਛੋਟਾ ਲੱਗਦਾ ਪਰ ਕਾਫੀ ਉੱਚਾ ਸੋ ਮੈਨੂੰ ਬਣਦਾ ਪਹਿਲਾਂ ਵੇਖਰ ਮੈਨੂੰ ਕੁਛ ਐਵੇਂ ਟਕਾਤਾ ਇਹਦੇ ਨਾਲ ਆਪ ਕਿਉਂਕਿ ਇਹ ਕੰਮ ਦੀ ਤਾਂ ਹੈ ਨਹੀਂ ਗੀ ਟੁੱਟੀ ਜੀ ਠੀਕ ਹੈ ਸੋ ਇਸੇ ਕੰਮ ਆਉਂਦੀ ਰਹੂਗੀ ਚਲੋ ਸਰ ਹੁਣ ਕਾਫੀ ਉੱਚਾ ਹਾਂ ਠੀਕ ਹੈ ਸੋ ਇੱਥੇ ਆਉਂਦਾ ਕੰਮ ਠੀਕ ਹੈ ਉੱਥੋਂ ਬਲਬ ਦੀ ਲਾਈਟ ਮਾਰੂੰਗਾ ਸੋ ਇੱਥੇ ਬਿਲਕੁਲ ਪ੍ਰੋਪਰ ਹੈਗਾ ਸਾਰੀ ਜਗ੍ਹਾ ਲਾਈਟ ਆਊਗੀ ਠੀਕ ਹੈ ਠੀਕ ਹੈ ਚਲੋ ਵਧੀਆ ਹੋ ਗਿਆ ਵੇਖੋ ਲਾਈਟ ਵਾਲਾ ਕੰਮ ਰਹਿ ਗਿਆ ਸੋ ਉਹਦੇ ਲਈ ਅੱਜ ਤੱਕ ਬਲਬ ਲੈ ਕੇ ਆਉਣਾ ਨਵਾਂ ਠੀਕ ਹੈ ਦਸਾਲਾ ਅਤੇ ਘਰ ਗਈ ਜ਼ਰਾ ਪੜ ਜਾਏਗੀ ਸੋ ਫਿਰ ਨਾ ਮੈਨੂੰ ਅੱਗੇ ਤਾਂ ਕੰਮ ਨਹੀਂ ਸੂਤ ਆਉਣ ਦਿਆ ਜਾਂ ਆ ਗਈ ਜ਼ਰਾ ਐਂ ਕਰਾਂਗੇ ਇੱਕ ਮੇਰੇ ਕੋਲ ਬਿਗ ਬ੍ਰੇਨ ਵਾਲਾ ਆਈਡੀਆ ਆਇਆ ਇੱਕ ਇੱਥੇ ਮੰਜਾ ਮੁੰਜਾ ਰੱਖ ਕੇ ਇਹਦੇ ਇਹ ਸ਼ੈਡ ਤਿੱਕਰ ਦੇ ਉੱਤੇ ਚੱਕਰੀ ਨਹੀਂ ਅੱਪੜ ਸਕਦੀ ਪੰਗਾ ਇਹ ਪੈ ਜਾਣਾ ਜਾਂ ਅੱਪੜ ਜੇ ਤਾਂ ਵਧੀਆ ਨਹੀਂ ਤਾਂ ਨਾ ਕੰਪਿਊਟਰ ਵਾਲੀ ਚੱਕਰੀ ਵੀ ਨਾਲ ਲਾ ਦਿਆ ਕਰਾਂਗੇ ਠੀਕ ਹੈ ਉੱਧਰੋਂ ਦੀ ਲਾ ਕੇ ਆਹ ਸ਼ੈਡ ਉੱਤੇ ਚੱਕਰੀ ਰੱਖਤੀ ਅਤੇ ਆਹ ਥੋੜ੍ਹੀ ਜਿਹੀ ਤਾਰ ਹੋਰ ਕਨੈਕਟ ਕਰ ਦਾਂਗੇ ਸੋ ਚੱਕਰੀ ਦੇ ਨਾਲ ਫਿਊਜ਼ ਲਾ ਕੇ ਤੁਸੀਂ ਤਾਂ ਫਿਊਜ਼ ਪਾਇਆ ਡੱਬੀ 'ਚ ਲਾਈ ਦੋ ਚੱਕਰੀਆਂ ਨਾਲ ਇੱਥੇ ਬਲਬ ਜਾਗ ਗਿਆ ਸੋ ਇੱਥੇ ਆਰਾਮ ਨਾਲ ਜਿੰਨਾ 10-12 ਮਿੰਟ ਜਿੰਨਾ ਖੇਡਣਾ ਫੁੱਟਬਾਲ ਖੇਡ ਲਊਗਾ ਆਹ ਮੇਰਾ ਬਿਗ ਬ੍ਰੇਨ ਸੀਗਾ ਕਿਵੇਂ ਲੱਗਾ ਤੁਹਾਨੂੰ ਦੱਸਿਓ ਵੇਖਰ ਚੱਲਦੇ ਆ ਤੇ ਵੇਖੋ ਇਹਨੇ ਓ ਗੰਜੇ ਗਾਇ ਦਾ ਕਿੰਨੀ ਵਧੀਆ ਕਰਤੀ ਏ ਗਾਇ ਜਾਨ ਕੀ ਚਲੋ ਚੱਲਦੇ ਆ ਠੀਕ ਹੈ ਬੈਲਾ ਬਾਏ ਚਲੋ ਟਿਊਸ਼ਨ ਚੱਲਦੇ ਆ ਮੈਂ ਕੱਲੀ ਕੱਲੀ ਬੋਲੀ ਜਾਊਂਗੀ ਕਿ ਤੇਰੇ ਪੜੇਗਾ ਦੇਖ ਉਸ ਸੇ ਪਹਿਲੇ ਤੇਰੇ ਪੜੇਗਾ ਨਹੀਂ ਨਹੀਂ ਲਾ ਰਹੇ ਤੋ ਵੀ ਤੁਹਾਨੂੰ ਜਵਾਬ ਨਹੀਂ ਦੇਣਾ ਪੜਾਈ ਕਰਨੀ ਤੋਂ ਕਰਨੀ ਦਿਖਾ ਟਿਊਸ਼ਨ ਆ ਗਿਆ ਐਸਾ ਲੈ ਕੇ ਗਿਆ ਬੈਲਾ ਨੂੰ ਬਾਹਰ ਠੀਕ ਹੈ ਤੇ ਯਾਰ ਮੈਨੂੰ ਪਤਾ ਕੁਛ ਹਨੇਰੇ 'ਚ ਵੇਖਣ ਨਹੀਂ ਦਿਆ ਗਸ਼ ਤੇ ਬਲਬ ਵਾਲਾ ਕੰਮ ਵੀ ਕੱਲ੍ਹ ਕਰਾਂਗੇ ਮੈਂ ਲੈ ਆਇਆ ਨਵਾਂ ਬਲਬ ਵੀ ਗਸ਼ ਤੇ ਚਲੋ ਹੁਣ ਕੁਛ ਵਲੌਗ ਤਾਂ ਰਹਿ ਨਹੀਂ ਗਿਆ
ਸੋ ਚਲੋ ਹੁਣ ਮੈਨੂੰ ਕਰਨਾ ਪੈਂਦਾ ਐਡਿਟ ਸੋ ਫਿਰ ਚਲੋ ਆਈ ਦੋ ਜੇ ਮੈਂ ਲਿਖੋ ਇਟ ਗੁੱਡ ਬਾਏ ਵਿਦ ਦ ਬੇਸ ਵਿਦ ਦ ਬੇਸ